ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਰਮਜੀਤ ਸਿੱਧੂ ਦੀ ਕਿਚਨ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਆਪਾਂ ਬਣਾਵਾਂਗੇ ਬਰਗਰ ਪਲੱਸ ਸੈਂਡਵਿਚ, ਜਿਹਦੇ ਵਿੱਚ ਕਿ ਦੋਨਾਂ ਦਾ ਹੀ ਟੇਸਟ ਹੋਊਗਾ। ਘਰ ਬਣਾਏ ਹੋਣਗੇ ਤਾਂ ਹੋਰ ਵੀ ਹੈਲਦੀ ਹੈ, ਵਧੀਆ। ਸਭ ਤੋਂ ਪਹਿਲਾਂ ਆਪਾਂ ਇਹਦੀ ਬਣਾਵਾਂਗੇ ਚਟਨੀ, ਇਹਦੇ ਵਿੱਚ ਤਿਆਰ ਹੋਣ ਵਾਲੀ ਹਰੀ ਚਟਨੀ ਇਹਦੇ ਵਿੱਚ ਲੱਗਣ ਵਾਲੀ, ਜਿਹਦੇ ਵਾਸਤੇ ਆਪਾਂ ਕਟੋਰੀ ਦੇ ਨੇੜੇ ਇੱਕ ਪੁਦੀਨਾ ਲੈ ਲਿਆ। ਪੁਦੀਨੇ ਦੇ ਮੈਂ ਇੱਕ ਇੱਕ ਪੱਤਾ ਜਿਹਾ ਕਰਕੇ ਅਤੇ ਛਾਣ ਲਿਆ ਸੀ, ਬੀਨ ਲਿਆ ਸੀ, ਬੀਨ ਕੇ ਧੋ ਸਵਾਰ ਲਿਆ ਸੀਗਾ, ਕਿਉਂਕਿ ਇਹ 'ਚ ਰੇਤਾ ਕਾਫੀ ਹੁੰਦਾ, ਕਿਰਕ ਕਾਫੀ ਹੁੰਦੀ ਹੈ। ਅਤੇ ਹਰਾ ਧਨੀਆ ਲੈ ਲਿਆ ਸੀ ਆਪਾਂ, ਅੱਧੀ ਕਟੋਰੀ ਤੋਂ ਥੋੜ੍ਹਾ ਜਿਹਾ ਉੱਪਰ ਹੀ ਸੀਗਾ। ਇਹਦੀਆਂ ਆਪਾਂ ਸਮੇਤ ਡੰਡੀਆਂ ਪਾਵਾਂਗੇ, ਅਤੇ 4-5 ਪੀਸ ਆਪਾਂ ਪਾ ਲਏ ਸੀਗੇ ਲਸਣ ਦੀਆਂ ਕਲੀਆਂ ਦੇ, ਅਤੇ ਵਿੱਚ ਥੋੜ੍ਹਾ ਜਿਹਾ ਅਦਰਕ ਦਾ ਪੀਸ, 4 ਹਰੀਆਂ ਮਿਰਚਾਂ, ਇਹਨਾਂ ਨੂੰ ਰਫਲੀ ਜਿਹਾ ਕਟਿੰਗ ਕਰਕੇ, ਤਾਂ ਵੱਡਾ ਅੱਧਾ ਨਿੰਬੂ ਨਿਚੋੜ ਲੈਂਗੇ। ਅਗਰ ਛੋਟਾ ਹੈ ਤਾਂ ਪੂਰਾ ਨਿੰਬੂ, ਮੇਰੇ ਕੋਲ ਕਾਫੀ ਵੱਡਾ ਸੀ ਫਿਰ ਮੈਂ ਅੱਧਾ ਨਿਚੋੜਿਆ, ਤਾਂ ਇਹਨੂੰ ਪੀਸ ਲਾਂਗੇ ਇਕੱਲੇ ਨੂੰ ਆਪਾਂ ਪਹਿਲਾਂ। ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਨਮਕ, ਕਾਲਾ ਨਮਕ ਅਤੇ ਸਾਬਤ ਜੀਰਾ, ਇਹ ਪਾ ਕੇ ਤਾਂ ਫਿਰ ਇਹਦੇ ਵਿੱਚ ਬਿਲਕੁਲ ਚੀਲਡ ਪਾਣੀ ਪਾਵਾਂਗੇ ਆਪਾਂ, ਬਿਲਕੁਲ ਠੰਡਾ ਚੀਲਡ ਪਾਣੀ, ਨਾਲੇ ਇਹ ਕਾਲੀ ਨਹੀਂ ਬਣਦੀਗੀ। ਤਾਂ ਇਹਦੇ ਇਸ ਟਾਈਮ 'ਤੇ ਹੋਵੇ ਤਾਂ ਚਨਾ ਦਾਲ ਭੁੰਨੀ ਹੋਈ ਉਹ ਵੀ ਪਾ ਸਕਦੇ ਆਪਾਂ, ਮੂੰਗਫਲੀ ਵੀ ਪਾ ਸਕਦੇ ਹਾਂ, ਜਿਹਦੇ ਨਾਲ ਇਹਦਾ ਟੇਸਟ ਅਤੇ ਟੈਕਸਚਰ ਬਹੁਤ ਵਧੀਆ ਆਉਂਦਾ। ਹੁਣ ਆਪਾਂ ਬ੍ਰੈਡ ਸਲਾਈਸ ਲੈ ਕੇ ਉਹਨੂੰ ਅੰਦਰੋਂ ਆਪਾਂ ਬਟਰ ਨਾਲ ਬਿਲਕੁਲ ਚੋਪੜ ਲਾਂਗੇ, ਬਟਰ ਲਾ ਕੇ, ਅਤੇ ਹੁਣ ਆਪਾਂ ਇਹਦੇ ਉੱਪਰ ਲਾ ਲਾਂਗੇ ਟਮੈਟੋ ਸੌਸ। ਟਮੈਟੋ ਸੌਸ ਲਾਉਣ ਤੋਂ ਬਾਅਦ ਹੁਣ ਜੀ ਆਪਾਂ ਇਹਦੇ ਉੱਤੇ ਖੀਰੇ ਦੇ ਕੱਟੇ ਹੋਏ ਸਲਾਈਸ ਲਾ ਦਾਂਗੇ। ਸਬਜ਼ੀਆਂ ਇੱਥੇ ਆਪਾਂ ਆਪਣੇ ਟੇਸਟ ਦੇ ਅਕੋਰਡਿੰਗ ਜੋ ਕੁਛ ਮਰਜ਼ੀ ਵੀ ਪਾ ਸਕਦੇ ਹਾਂ ਜਿਹੜੀਆਂ ਇਹਦੇ 'ਚ ਪੈਣ ਵਾਲੀਆਂ। ਟਮਾਟਰ ਪਾ ਦਿੱਤਾ ਖੀਰੇ ਦੇ ਉੱਪਰ, ਟਮਾਟਰ ਰੱਖ ਲਿਆ ਜੀ। ਅਤੇ ਹੁਣ ਇਸ ਤੋਂ ਬਾਅਦ ਆਪਾਂ ਪਾ ਦਾਂਗੇ ਥੋੜ੍ਹਾ ਜਿਹਾ ਸਾਦਾ ਨਮਕ, ਮੈਂ ਸੇਂਦਾ ਨਮਕ ਵਰਤਦੀ ਉਹ ਪਾਇਆ, ਅਤੇ ਭੁੰਨੇ ਹੋਏ ਜੀਰੇ ਦਾ ਪਾਊਡਰ, ਕਾਲੀ ਮਿਰਚ ਦਾ ਪਾਊਡਰ, ਅਤੇ ਥੋੜ੍ਹਾ ਜਿਹਾ ਆਪਾਂ ਪਾ ਦਾਂਗੇ ਉੱਪਰ ਚਾਟ ਮਸਾਲਾ। ਹੁਣ ਦੂਸਰੀ ਲੇਅਰ, ਫਿਰ ਆਪਾਂ ਇੱਕ ਤੀਸਰੀ ਲੇਅਰ ਦਿਆਂਗੇ ਆਪਾਂ ਪਿਆਜ਼ ਦੀ ਲੇਅਰ ਵੀ ਇੱਕ ਇੱਕ ਆਪਾਂ ਲਾ ਲਈ। ਹੁਣ ਇਸ ਤੋਂ ਬਾਅਦ ਆਪਾਂ ਉਬਲਿਆ ਹੋਇਆ ਆਲੂ ਲੈ ਲਾਂਗੇ। ਉਬਲਿਆ ਹੋਇਆ ਆਲੂ ਲੈ ਕੇ ਉਹਦੇ ਵੀ ਬਰੀਕ ਬਰੀਕ ਸਲਾਈਸ ਕੱਟ ਕੇ ਤਾਂ ਆਪਾਂ ਉੱਪਰ ਲਾ ਦਾਂਗੇ, ਕਿਉਂਕਿ ਇਹ ਆਪਣਾ ਬਰਗਰ ਵੀ ਹੈ ਅਤੇ ਸੈਂਡਵਿਚ ਵੀ ਹੈ। ਹੁਣ ਪੱਤਾ ਗੋਭੀ ਲੈ ਕੇ ਉਹਨੂੰ ਉਹਦੇ ਥੋੜ੍ਹੇ ਜਿਹੇ ਲੱਛੇ ਜਿਹੇ ਵੀ ਪਾ ਦਾਂਗੇ ਆਪਾਂ, ਮਤਲਬ ਹੈਗੀ ਹੈ ਤੁਹਾਡੇ ਕੋਲ ਤਾਂ ਜ਼ਰੂਰ ਪਾਓ, ਕਿਉਂਕਿ ਬਿਲਕੁਲ ਮਾਰਕੀਟ ਵਰਗਾ ਟੱਚ ਆਉਂਦਾ। ਫਿਰ ਉਹੀ ਜੀਰਾ ਭੁੰਨਿਆ ਹੋਇਆ, ਜੀਰੇ ਦਾ ਪਾਊਡਰ, ਕਾਲੀ ਮਿਰਚ ਪਾਊਡਰ, ਸਾਦਾ ਨਮਕ, ਉੱਤੋਂ ਥੋੜ੍ਹਾ ਜਿਹਾ ਚਾਟ ਮਸਾਲਾ, ਅਤੇ ਉੱਤੋਂ ਆਪਾਂ ਪਾ ਰਹੇ ਹਾਂ ਔਰੀਗੈਨੋ। ਮੇਰੇ ਕੋਲ ਔਰੀਗੈਨੋ ਜਾਂ ਮਿਕਸ ਹਰਬ ਕੁਛ ਵੀ ਹੋਵੇ ਤਾਂ ਉਹ ਪਾ ਸਕਦੇ ਹਾਂ। ਮੇਰੇ ਕੋਲ ਔਰੀਗੈਨੋ ਪਈ ਸੀ, ਮੈਂ ਉਹ ਪਾ ਦਿੱਤੀ, ਇਹ ਟੋਟਲੀ ਆਪਸ਼ਨਲ ਹੈ। ਹੁਣ ਉੱਪਰਲੇ ਬ੍ਰੈਡ 'ਤੇ ਵੀ ਆਪਾਂ ਹਰੀ ਚਟਨੀ ਲਾ ਕੇ ਤਾਂ ਇਹਨੂੰ ਵੀ ਆਪਾਂ ਅੰਦਰੋਂ ਉੱਪਰੋਂ ਬੰਦ ਕਰ ਦਾਂਗੇ, ਤਾਂ ਉੱਪਰਲੀ ਤਹਿ ਦੇ ਉੱਪਰ ਆਪਾਂ ਬਟਰ ਫਿਰ ਲਾ ਦਾਂਗੇ। ਤਵੇ ਨੂੰ ਵੀ ਥੋੜ੍ਹਾ ਜਿਹਾ ਬਟਰ ਨਾਲ ਚੁੱਪੜ ਕੇ, ਹੁਣ ਜਿਹੜੀ ਤਹਿ 'ਤੇ ਆਪਾਂ ਬਟਰ ਲਾਇਆ ਹੋਇਆ ਉਹ ਤਹਿ ਆਪਾਂ ਤਵੇ ਦੇ ਉੱਪਰ ਆਊਗੀ ਆਪਣੀ, ਇਸ ਤਰ੍ਹਾਂ ਇਹਨੂੰ ਹਲਕਾ ਜਿਹਾ ਉੱਤੋਂ ਦਬਾ ਦਿਓ ਅਤੇ ਸਾਈਡਾਂ 'ਤੇ ਥੋੜ੍ਹਾ ਥੋੜ੍ਹਾ ਬਟਰ ਹੋਰ ਲਾ ਦਿਓ। ਨਾਲੇ ਤਾਂ ਹੈਲਦੀ ਹੋ ਜਾਂਦਾ, ਨਾਲੇ ਵਧੀਆ ਟੇਸਟੀ ਵੀ ਬਣਦਾ, ਕਰੰਚੀ ਬਣਦਾ, ਬਾਹਰੋਂ ਕ੍ਰਿਸਪੀ ਪੂਰਾ ਬਣ ਜਾਂਦਾ। ਸਾਈਡਾਂ ਤੋਂ ਫਿਰ ਥੋੜ੍ਹਾ ਥੋੜ੍ਹਾ ਮੱਖਣ ਲਾ ਕੇ ਦੂਸਰਾ ਵੀ ਆਪਾਂ ਇਸੇ ਤਰ੍ਹਾਂ ਹੀ ਤਲ ਦਿਆਂਗੇ, ਉਹਦੀ ਵੀ ਸਾਈਡ ਬਦਲੀ ਕਰ ਦਾਂਗੇ। ਤਾਂ ਵੀਡੀਓ 'ਤੇ ਚੱਲਦੇ ਚੱਲਦੇ ਵੀ ਬਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਲਓ ਜੀ ਹੁਣ ਵੇਖੋ ਇਹਦਾ ਕਰੰਚ ਵੇਖੋ ਕਿੰਨਾ ਵਧੀਆ ਆ ਰਿਹਾ। ਹੁਣ ਇਹਨੂੰ ਆਪਾਂ ਕਟਿੰਗ ਕਰ ਲਾਂਗੇ। ਲਓ ਜੀ ਬਰਗਰ ਸੈਂਡਵਿਚ ਬਣ ਕੇ ਆਪਣੇ ਕੋਲ ਰੈਡੀ ਹੈ। ਲਓ ਜੀ ਵਿਵਰਸ, ਸੈਂਡਵਿਚ ਪਲੱਸ ਬਰਗਰ ਬਣ ਕੇ ਆਪਣੇ ਕੋਲ ਰੈਡੀ ਹੈ, ਜਿਹੜਾ ਕਿ ਆਪਦੇ ਹੱਥ ਦਾ ਸਾਫ਼ ਸੁਥਰਾ ਬਣਿਆ ਹੋਇਆ। ਤਾਂ ਆਪਦੇ ਬੱਚਿਆਂ ਨੂੰ ਘਰੇ ਬਣਾਓ, ਘਰੇ ਖਿਲਾਓ, ਤਾਂ ਬਹੁਤ ਵਧੀਆ ਗੱਲ ਹੈ। ਵਿਵਰਸ, ਅਗਰ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਹੈ 2-in-1 ਦੀ, ਤਾਂ ਇਹਨੂੰ ਲਾਈਕ ਕਰਨਾ। ਜੋ ਮੇਰੇ ਵਿਵਰਸ ਫਸਟ ਟਾਈਮ ਵੀਡੀਓ ਵੇਖ ਰਹੇ ਹੈ, ਪਲੀਜ਼ ਉਹਨਾਂ ਨੂੰ ਰਿਕੁਐਸਟ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਔਰ ਘੰਟੀ ਵਾਲਾ ਬਟਨ ਵੀ ਪ੍ਰੈਸ ਕਰ ਦੇਣਾ, ਤਾਂ ਕਿ ਮੇਰੀ ਆਉਣ ਵਾਲੀ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਸਕੇ। ਔਰ ਮੇਰੀ ਸਾਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ।